ਸਤਿ ਸ਼੍ਰੀ ਅਕਾਲ 30 ਮਿੰਟ ਦਾ ਖਾਸ ਪ੍ਰੋਗਰਾਮ ਲੈ ਕੇ ਮੈਂ ਸ਼ਰੀ ਹਾਜ਼ਰ ਹਾਂ ਹਰ ਵਾਰ ਦੀ ਤਰ੍ਹਾਂ ਸ਼ੁਰੂਆਤ ਕਰ ਲੈਂਦੇ ਹਾਂ ਸੁਰਖੀਆਂ ਦੇ ਨਾਲ 26 ਅਪ੍ਰੈਲ ਨੂੰ ਜੇਮਸ ਲੋਗਨ ਹਾਈ ਸਕੂਲ ਵਿੱਚ ਕਰਵਾਇਆ ਜਾਵੇਗਾ ਕੈਲੀਫੋਰਨੀਆ ਕਬੱਡੀ ਕੱਪ ਇੰਡੋ ਅਮੈਰੀਕਨ ਹੈਰੀਟੇਜ ਫੋਰਮ ਵੱਲੋਂ ਲਗਾਇਆ ਗਿਆ ਗਦਰੀ ਬਾਬਿਆਂ ਨੂੰ ਸਮਰਪਿਤ 15ਵਾਂ ਮੇਲਾ ਟ੍ਰਾਈ ਸਟੇਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਸਿੱਖ ਡੇ ਪਰੇਡ ਬਾਬਤ ਕੀਤੀ ਗਈ ਇੱਕ ਸਾਂਝੀ ਮੀਟਿੰਗ ਖਬਰਾਂ ਦਾ ਵਿਸਥਾਰ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਹੋਏ ਸਿੱਖ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਦੇ ਨਾਲ ਜੋੜਨ ਅਤੇ ਪੱਛਮੀ ਸੱਭਿਆਚਾਰ ਤੋਂ ਬਚਾਉਣ ਦੇ ਲਈ ਸਿੱਖ ਜਥੇਬੰਦੀਆਂ ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਨੇ ਇਸੇ ਕੜੀ ਦੇ ਤਹਿਤ ਸ੍ਰੀ ਹੇਮਕੁੰਟ ਫਾਊਂਡੇਸ਼ਨ ਦੇ ਵੱਲੋਂ ਇੱਕ ਕੀਰਤਨ ਮੁਕਾਬਲਾ ਕਰਵਾਇਆ ਗਿਆ 27 ਮਾਰਚ ਨੂੰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਵਿਖੇ ਸ੍ਰੀ ਹੇਮਕੁੰਟ ਫਾਊਂਡੇਸ਼ਨ ਵੱਲੋਂ ਇੱਕ ਕੀਰਤਨ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਦੇ ਨਾਲ ਨਾਲ ਨੌਜਵਾਨਾਂ ਨੇ ਵੀ ਹਿੱਸਾ ਲਿਆ ਸ਼੍ਰੀ ਹੇਮਕੁੰਟ ਫਾਊਂਡੇਸ਼ਨ ਦੀ ਸ਼ੁਰੂਆਤ ਸ਼ਮਸ਼ੇਰ ਸਿੰਘ ਦੁਆਰਾ 1980 ਵਿੱਚ ਨਿਊਯਾਰਕ 'ਚ ਕੀਤੀ ਗਈ ਸੀ ਇਸ ਸੰਸਥਾ ਦਾ ਮੁੱਖ ਮਕਸਦ ਬੱਚਿਆਂ ਨੂੰ ਅਤੇ ਯੂਥ ਨੂੰ ਗੁਰਮਤ ਨਾਲ ਜੋੜਨਾ ਹੈ ਬੱਚਿਆਂ ਵਿੱਚ ਆਪਣੇ ਧਰਮ ਅਤੇ ਇਤਿਹਾਸ ਵਿੱਚ ਰੁਚੀ ਪੈਦਾ ਕਰਨ ਲਈ ਕੀਰਤਨ ਕੰਪੀਟੀਸ਼ਨ ਦੇ ਨਾਲ ਨਾਲ ਸਪੀਚ ਕੰਪੀਟੀਸ਼ਨ ਵੀ ਕਰਵਾਏ ਜਾਂਦੇ ਨੇ 6 ਤੋਂ 25 ਸਾਲ ਦੇ ਬੱਚੇ ਅਤੇ ਨੌਜਵਾਨ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਮਾਣ ਮਹਿਸੂਸ ਕਰਦੇ ਨੇ ਅਤੇ ਉਹਨਾਂ ਵਿੱਚ ਸਿੱਖ ਧਰਮ ਨੂੰ ਹੋਰ ਡੂੰਘਾਈ ਨਾਲ ਜਾਣਨ ਦੀ ਇੱਛਾ ਪੈਦਾ ਹੁੰਦੀ ਹੈ ਕੀਰਤਨ ਕੰਪੀਟੀਸ਼ਨ ਦੇ ਖਾਸ ਪ੍ਰਬੰਧਕਾਂ ਨੇ ਗਲੋਬਲ ਪੰਜਾਬ ਟੀਵੀ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਹੈ ਕਿ ਕਿਸ ਤਰ੍ਹਾਂ ਹੇਮਕੁੰਟ ਫਾਊਂਡੇਸ਼ਨ ਬੱਚਿਆਂ ਨੂੰ ਸਿੱਖ ਹਿਸਟਰੀ ਦੇ ਨਾਲ ਜੋੜਦੀ ਹੈ ਹੇਮਕੁੰਟ ਫਾਊਂਡੇਸ਼ਨ ਅੱਜ ਤੋਂ 27 ਸਾਲ ਪਹਿਲੇ ਬਣਾਈ ਗਈ ਔਰ ਇਸ ਦਾ ਮਕਸਦ ਸਿੱਖੀ ਬੱਚਿਆਂ ਨੂੰ ਅਮਰੀਕਾ ਵਿੱਚ ਗੁਰਸਿੱਖੀ ਨਾਲ ਜੋੜਨਾ ਹੈ ਗੁਰਸਿੱਖੀ ਜੀਵਨ ਨਾਲ ਜੋੜਨਾ ਹੈ ਗੁਰਸਿੱਖੀ ਬਾਰੇ ਗਿਆਨ ਪ੍ਰਾਪਤ ਕਰਨਾ ਹੈ ਔਰ ਗੁਰਸਿੱਖੀ ਗੁਰਬਾਣੀ ਦੇ ਨਾਲ ਵੀ ਜੋੜਨਾ ਹੈ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਹੇਮਕੁੰਟ ਫਾਊਂਡੇਸ਼ਨ ਵੱਲੋਂ ਬੱਚਿਆਂ ਨੂੰ ਇਹਨਾਂ ਮੁਕਾਬਲਿਆਂ ਦੀ ਤਿਆਰੀ ਕਰਵਾਉਣ ਲਈ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਅਤੇ ਦੂਜੇ ਨੰਬਰ 'ਤੇ ਆਉਣ ਵਾਲੇ ਜਥਿਆਂ ਨੂੰ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਹੋਣ ਵਾਲੇ ਇੰਟਰਨੈਸ਼ਨਲ ਕੀਰਤਨ ਕੰਪੀਟੀਸ਼ਨ ਵਿੱਚ ਸ਼ਾਮਲ ਕੀਤਾ ਜਾਵੇਗਾ ਇਸ ਮੌਕੇ 'ਤੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਗੁਰਮੇਜ ਸਿੰਘ ਨੇ ਵੀ ਹੋਏ ਪ੍ਰੋਗਰਾਮਾਂ ਬਾਰੇ ਦੱਸਿਆ ਅੱਜ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਹੇਮਕੁੰਟ ਫਾਊਂਡੇਸ਼ਨ ਵੱਲੋਂ ਜੋ ਕੀਰਤਨ ਦਰਬਾਰ ਉਲੀਕਿਆ ਗਿਆ ਸੀ ਉਹ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਹੋਇਆ ਹੈ ਆਓ ਸਾਰੇ ਆਪਣੇ ਆਪਣੇ ਬੱਚਿਆਂ ਨੂੰ ਇਸੇ ਦਈਏ ਜਿਸ ਤਰ੍ਹਾਂ ਗੁਰੂ ਮਹਾਰਾਜ ਆਪ ਫੁਰਮਾਨ ਕਰ ਗਏ ਹਨ ਕਲ ਯੁਗ ਮੇਂ ਕੀਰਤਨ ਪ੍ਰਧਾਨਾ ਆਪਣੇ ਬੱਚਿਆਂ ਨੂੰ ਕੀਰਤਨ ਨਾਲ ਜੋੜੀਏ ਅਤੇ ਗੁਰਬਾਣੀ ਨਾਲ ਜੋੜੀਏ ਇਸੇ ਤਰ੍ਹਾਂ ਹੋਰ ਵੀ ਕਈ ਸੱਜਣਾਂ ਨੇ ਮੀਡੀਆ ਰਾਹੀਂ ਹੇਮਕੁੰਟ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਇਹ ਨਵਾਂ ਸਾਲ ਹੋ ਗਿਆ ਪਿਛਲੇ ਸਾਲ ਸਾਡੇ ਕੋਲ 28 ਜਥੇ ਆਏ ਸਨ ਜ਼ੋਨਲ ਕਨਵੀਨਰ ਵਿੱਚ ਇਸ ਵਿੱਚ ਬੱਚਿਆਂ ਨੇ ਹਿੱਸਾ ਪਾਇਆ ਔਰ ਇੱਕ ਜਥਾ ਜਿਹੜਾ 5 ਬੱਚਿਆਂ ਦੇ ਨਾਲ ਹੈਗਾ 5 ਬੱਚੇ ਜਿਹੜੇ ਨੇ 37 ਸਾਲ ਨਾਲ ਬਹਿੰਦੇ ਨੇ ਇੱਕ ਗੁਰੂ ਦਾ ਖਜ਼ਾਨਾ ਹੈ ਅਸੀਂ ਇਸ ਵਿਰਸੇ ਨੂੰ ਸੰਭਾਲਣਾ ਹੈ ਅੱਗੇ ਬੱਚਿਆਂ ਨੂੰ ਦੇਣਾ ਹੈ ਅੱਜ ਅਸੀਂ ਇੱਥੇ ਮੱਖਣ ਸ਼ਾਹ ਲੁਬਾਣੇ ਗੁਰਦੁਆਰੇ ਕੀਰਤਨ ਕੰਪਟੀਸ਼ਨ ਵਿੱਚ ਆਏ ਹਾਂ ਬਹੁਤ ਹੀ ਸੋਹਣਾ ਉਪਰਾਲਾ ਹੈ ਇਸ ਨਾਲ ਬੱਚਿਆਂ ਨੂੰ ਬਹੁਤ ਹੀ ਸ਼ਲਾਘਣਾ ਮਿਲਦੀ ਹੈ ਇੱਕ ਦੂਜੇ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਉਤੇਜਿਤ ਹੁੰਦੇ ਨੇ ਕਿ ਵੀ ਅਸੀਂ ਇਸ ਪਾਸੇ ਨੂੰ ਲੱਗੀਏ ਸੋ ਅਸੀਂ ਚਾਹੁੰਦੇ ਹਾਂ ਕਿ ਇਹ ਉਪਰਾਲਾ ਜਿਹੜਾ ਹੈ ਵੱਧ ਤੋਂ ਵੱਧ ਤਰੀਕੇ ਨਾਲ ਹੋਰ ਵਧਾਉਣਾ ਚਾਹੀਦਾ ਇਸ ਚੀਜ਼ ਨੂੰ ਨਿਊਯਾਰਕ ਤੋਂ ਗਿੱਲ ਪ੍ਰਦੀਪ ਦੇ ਨਾਲ ਬਿੰਦਰਪਾਲ ਗਲੋਬਲ ਪੰਜਾਬ ਟੀਵੀ ਲਈ 26 ਅਪ੍ਰੈਲ ਨੂੰ ਜੇਮਸ ਲੋਗਨ ਹਾਈ ਸਕੂਲ ਦੇ ਵਿੱਚ ਕੈਲੀਫੋਰਨੀਆ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਇਸ ਕਬੱਡੀ ਕੱਪ ਦੀਆਂ ਤਿਆਰੀਆਂ ਬਾਬਤ ਇੱਕ ਮੀਟਿੰਗ ਸਟ੍ਰੋ ਹਾਟ ਪੀਜ਼ਾ ਫਰੀਮੌਂਟ ਦੇ ਵਿੱਚ ਕੀਤੀ ਗਈ ਖੇਡ ਕਬੱਡੀ ਦੇ ਨਾਲ ਪੰਜਾਬੀਆਂ ਦਾ ਇਸ਼ਕ ਸੱਚਮੁੱਚ ਬੇਹੱਦ ਡਾਢਾ ਹੈ ਪੰਜਾਬੀਆਂ ਦੀਆਂ ਖੇਡਾਂ ਦੇ ਵਿੱਚ ਸਿਰਫ ਕਬੱਡੀ ਨੂੰ ਹੀ ਫਖਰ ਹਾਸਿਲ ਹੈ ਕਿ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਸੈਟਲ ਅਤੇ ਫਿਰ ਵੈਲ ਸੈਟਲ ਹੋਏ ਉੱਥੇ ਉਹਨਾਂ ਨੇ ਖੇਡ ਕਬੱਡੀ ਨੂੰ ਵੀ ਸੈਟਲ ਕਰਨ ਦੀ ਵੱਡੀ ਭੂਮਿਕਾ ਨਿਭਾਈ ਹੈ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਇੱਕ ਵਿਲੱਖਣ ਥਾਂ ਬਣਾ ਚੁੱਕੀ ਅਤੇ ਕਿਸੇ ਵੇਲੇ ਦੇਸੀ ਖੇਡਾਂ ਦੀ ਭੀੜ ਦੇ ਵਿੱਚ ਗੁਆਚੀ ਰਹਿਣ ਵਾਲੀ ਖੇਡ ਕਬੱਡੀ ਨੇ ਅੱਜ ਪੰਜਾਬੀਆਂ ਦੀ ਮਹਿਬੂਬ ਬਣ ਕੇ ਆਪਣਾ ਨਿਵੇਕਲਾ ਰਾਹ ਬਣਾ ਲਿਆ ਹੈ ਕਬੱਡੀ ਨੂੰ ਕੋਡੀ ਤੋਂ ਕੱਢ ਕਰੋੜਾਂ ਦੀ ਬਣਾਉਣ ਦੇ ਵਿੱਚ ਪ੍ਰਵਾਸੀ ਵੀਰਾਂ ਦੀ ਸ਼ਿੱਦਤ ਦੇ ਨਾਲ ਨਿਭਾਈ ਭੂਮਿਕਾ ਤੋਂ ਬਲਿਹਾਰੀ ਜਾਈਏ ਵਰਗੇ ਸ਼ਬਦ ਆਪ ਮੁਹਾਰੇ ਹੀ ਸਾਡੇ ਮੂੰਹੋਂ ਨਿਕਲ ਆਉਂਦੇ ਨੇ ਕਬੱਡੀ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਵੀ ਹਰ ਸਾਲ ਕਬੱਡੀ ਕੱਪ ਕਰਵਾਏ ਜਾਂਦੇ ਨੇ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਦੇ ਵੱਲੋਂ ਮਾਰਚ ਦੀ 26 ਤਾਰੀਖ ਨੂੰ ਜੇਮਸ ਲੋਗਨ ਹਾਈ ਸਕੂਲ ਵਿਖੇ ਕੈਲੀਫੋਰਨੀਆ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਇਸ ਸਬੰਧ ਵਿੱਚ ਕਲੱਬ ਦੇ ਮੈਂਬਰਾਂ ਦੀ ਮੀਟਿੰਗ ਸਟ੍ਰਾ ਹੌਟ ਪੀਜ਼ਾ ਫਰੀਮੌਂਟ ਵਿਖੇ ਹੋਈ ਜਿਸ ਵਿੱਚ ਉਹਨਾਂ ਨੇ ਵਿਚਾਰਾਂ ਕੀਤੀਆਂ ਇਸ ਮੌਕੇ ਤੇ ਕੁਲਵੰਤ ਸਿੰਘ ਖਹਿਰਾ ਨੇ ਆਪਣੇ ਕਲੱਬ ਵੱਲੋਂ ਵੀ ਅਪੀਲ ਕੀਤੀ ਕਿ ਸਾਰੇ ਪਰਿਵਾਰਾਂ ਦੇ ਸਮੇਤ ਆਓ ਇੰਡੀਆ ਇੰਗਲੈਂਡ ਕੈਨੇਡਾ ਈਸਟ ਕੈਨੇਡਾ ਵੈਸਟ ਅਤੇ ਅਮਰੀਕਾ ਦੀਆਂ ਟੀਮਾਂ ਭਾਗ ਲੈਣਗੀਆਂ ਔਰ ਇਹਨਾਂ ਟੀਮਾਂ ਵਿੱਚ ਕਬੱਡੀ ਦੇ ਸਾਰੇ ਸਟਾਰ ਪਲੇਅਰ ਹਿੱਸਾ ਲੈਣਗੇ ਔਰ ਇਸ ਕਬੱਡੀ ਤੋਂ ਇਲਾਵਾ ਵਾਲੀਬਾਲ
ਔਰ ਕੁਸ਼ਤੀਆਂ ਦਾ ਵੀ ਪ੍ਰਬੰਧ ਹੋਵੇਗਾ, ਨਾਲੋਂ ਨਾਲ ਸਿਕਿਉਰਿਟੀ ਦਾ ਵੀ ਪੂਰਾ ਪ੍ਰਬੰਧ ਹੋਵੇਗਾ। ਅਸੀਂ ਸਮੂਹ ਕਲੱਬ ਮੈਂਬਰਾਂ ਵੱਲੋਂ ਬੇਨਤੀ ਕਰਦੇ ਹਾਂ ਕਿ ਇਸ ਮੇਲੇ ਵਿਧੀ ਰੌਣਕ ਨੂੰ ਵਧਾਓ, ਪਰਿਵਾਰ ਸਮੇਤ ਆਪਣੇ ਬੱਚਿਆਂ ਨੂੰ ਲੈ ਕੇ ਆਓ। ਫ੍ਰੀਮੌਂਟ ਕੈਲੀਫੋਰਨੀਆ ਤੋਂ ਜਗਦੇਵ ਸਿੰਘ ਭੰਡਾਲ ਦੇ ਨਾਲ ਬਿੰਦਰਪਾਲ ਗਲੋਬਲ ਪੰਜਾਬ ਟੀਵੀ ਲਈ। ਅਮਰੀਕਾ ਦੀ ਮੈਰੀਲੈਂਡ ਸਟੇਟ ਨੂੰ ਬਿਜ਼ਨਸ ਹੱਬ ਦੇ ਵਜੋਂ ਉਭਾਰਨ ਦੇ ਲਈ ਉੱਥੋਂ ਦੇ ਗਵਰਨਰ ਲੈਰੋ ਹੌਗਨ ਦੁਆਰਾ ਯਤਨ ਆਰੰਭੇ ਗਏ ਨੇ। ਇਸੇ ਮਕਸਦ ਦੀ ਪੂਰਤੀ ਦੇ ਲਈ ਭਾਰਤੀ ਵਪਾਰ ਮੰਡਲ ਦਾ ਇੱਕ ਵਫਦ ਵੀ ਮੈਰੀਲੈਂਡ ਸਟੇਟ ਦੇ ਦੌਰੇ ਤੇ ਹੈ। ਮੈਰੀਲੈਂਡ ਸਟੇਟ ਭਾਰਤ ਨਾਲ ਵੱਖੋ ਵੱਖਰੇ ਖੇਤਰਾਂ ਵਿੱਚ ਆਪਣੀ ਪੂੰਜੀ ਨਿਵੇਸ਼ ਲਈ ਸਹਿਮਤ ਹੋ ਗਿਆ ਹੈ। ਇਸੇ ਤਹਿਤ ਹੀ ਭਾਰਤੀ ਵਪਾਰ ਮੰਡਲ ਦਾ ਇੱਕ ਉੱਚ ਪੱਧਰੀ ਵਫਦ ਵੀ ਮੈਰੀਲੈਂਡ ਦਾ ਦੌਰਾ ਕਰ ਰਿਹਾ ਹੈ। ਮੈਰੀਲੈਂਡ ਸਟੇਟ ਵਿੱਚ ਨਵੇਂ ਬਿਜ਼ਨਸ ਸ਼ੁਰੂ ਕਰਨ ਲਈ ਗਵਰਨਰ ਲੈਰੀ ਹੌਗਨ ਵੱਲੋਂ ਕਈ ਨਵੀਆਂ ਸਕੀਮਾਂ ਘੜੀਆਂ ਗਈਆਂ ਨੇ। ਨਵੇਂ ਬਿਜ਼ਨਸ ਸੰਬੰਧੀ ਭਵਿੱਖ ਵਿਚਲੀਆਂ ਸੰਭਾਵਨਾਵਾਂ ਦੀ ਜਾਣਕਾਰੀ ਦੇ ਆਦਾਨ ਪ੍ਰਦਾਨ ਲਈ ਇਸ ਭਾਰਤੀ ਵਪਾਰ ਮੰਡਲ ਨਾਲ ਮੈਰੀਲੈਂਡ ਸਟੇਟ ਦੇ ਸੀਨੀਅਰ ਲੀਡਰਾਂ ਅਤੇ ਮੈਰੀਲੈਂਡ ਦੇ ਸਿਰਕੱਢ ਪਤਵੰਤਿਆਂ ਦੇ ਨਾਲ ਮੀਟਿੰਗਾਂ ਦਾ ਦੌਰ ਮੈਰੀਲੈਂਡ ਦੀ ਰਾਜਧਾਨੀ ਅਨਾਪੋਲਿਸ ਵਿਖੇ ਕੀਤਾ ਗਿਆ। ਇਹ ਮੀਟਿੰਗਾਂ ਕਰਵਾਉਣ ਵਾਲੇ ਅਤੇ ਇਹਨਾਂ ਮੀਟਿੰਗਾਂ ਦੇ ਸਾਰਥਕ ਨਤੀਜੇ ਹਾਸਲ ਕਰਨ ਲਈ ਉੱਘੇ ਸਿੱਖ ਆਗੂ ਅਤੇ ਮੈਰੀਲੈਂਡ ਸਟੇਟ ਦੇ ਸਾਊਥ ਏਸ਼ੀਅਨ ਕਮਿਸ਼ਨ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਮੈਰੀਲੈਂਡ ਸਟੇਟ ਦੇ ਕਮਿਊਨਿਟੀ ਅਫੇਅਰਸ ਦੇ ਐਗਜ਼ੈਕਟਿਵ ਡਾਇਰੈਕਟਰ ਮਿਸਟਰ ਸਟੀਵ ਨੇ ਅਹਿਮ ਅਤੇ ਉਸਾਰੂ ਭੂਮਿਕਾ ਅਦਾ ਕੀਤੀ ਹੈ। ਵਫਦ ਨੇ ਗਵਰਨਰ ਲੈਰੀ ਹੌਗਨ ਦੇ ਨਾਲ ਮੁਲਾਕਾਤ ਕੀਤੀ ਅਤੇ ਸੈਂਟਰ ਫਾਰ ਸੋਸ਼ਲ ਚੇਂਜ ਦੇ ਮੁਖੀ ਸਾਜਿਦ ਤਾਹੜ ਅਤੇ ਜਸਦੀਪ ਸਿੰਘ ਜੱਸੀ ਹੋਰਾਂ ਨੇ ਭਾਰਤੀ ਵਪਾਰ ਮੰਡਲ ਦੇ ਮੈਂਬਰਾਂ ਦੀ ਮੈਰੀਲੈਂਡ ਹਾਊਸ ਸਪੀਕਰ ਦੇ ਨਾਲ ਮੁਲਾਕਾਤ ਕਰਵਾਈ। ਇਸ ਮੌਕੇ ਤੇ ਭਾਰਤੀ ਵਪਾਰ ਮੰਡਲ ਵੱਲੋਂ ਮੈਰੀਲੈਂਡ ਸਟੇਟ ਨਾਲ ਭਵਿੱਖ ਵਿੱਚ ਵਪਾਰ ਕਰਨ ਲਈ 4 ਆਪਸੀ ਸਮਝੌਤਿਆਂ ਤੇ ਦਸਤਖਤ ਵੀ ਕੀਤੇ ਗਏ। ਇੰਡੀਅਨ ਚੈਂਬਰ ਆਫ ਕਾਮਰਸ ਦੀ ਰੰਜਨਾ ਖੰਨਾ, ਦੱਖਣੀ ਭਾਰਤ ਤੋਂ ਮਨੋਜ ਗੁਰੂ ਸਾਹਨੀ, ਅੰਮ੍ਰਿਤ ਮੀਨਾਕਸ਼ੀ, ਜੀ ਰਾਜਪਤਵੰਤ, ਸਮੀਰ ਸੇਠ, ਮੋਹਿਤ ਭੱਟ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਪੰਜਾਬ ਤੋਂ ਕੋਈ ਵੀ ਪੰਜਾਬੀ ਜਾਂ ਸਿੱਖ ਬਿਜ਼ਨਸਮੈਨ ਸ਼ਾਮਲ ਨਹੀਂ ਹੋਇਆ। ਇੱਕ ਵਾਰ ਫਿਰ ਮੈਰੀਲੈਂਡ ਸਟੇਟ ਵਿੱਚ ਬਿਜ਼ਨਸ 'ਚ ਪੂੰਜੀ ਨਿਵੇਸ਼ ਕਰਕੇ ਅਮੈਰੀਕਾ ਤੋਂ ਮਿਲਣ ਵਾਲਾ ਸੁਨਹਿਰੀ ਮੌਕਾ ਪੰਜਾਬ ਅਤੇ ਪੰਜਾਬੀਆਂ ਤੋਂ ਸ਼ਾਇਦ ਫਿਰ ਖੁੱਸ ਜਾਵੇਗਾ। Well, I thank Department of Business and Economic Development, Governor Hogan's administration, and our Executive Director, Steve McAdam, for arranging this for the community, and also Mr. Manoj Gur Sahani, Ranjana Khanna, and my commissioners from the Governor's Commission who are here today for helping us put this event together. I just love the DNA that we share, the DNA of entrepreneurship, the DNA of innovation, and the DNA of tenacity to be successful. So the state of Maryland is so proud to call so many Indian companies home. And it's been a great day. It's been a great day for me. Annapolis, Maryland ton Sukhpal Singh Dhanoa de naal Bindarpal Global Punjab TV. ਪੰਜਾਬੀ ਐਸੋਸੀਏਸ਼ਨ ਹਸਦਾ ਪੰਜਾਬ ਡੈਲਸ ਵੱਲੋਂ ਵਿਸਾਖੀ ਮੇਲੇ ਦੀਆਂ ਤਿਆਰੀਆਂ ਬਾਬਤ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਪ੍ਰਬੰਧਕਾਂ ਨੇ ਸਾਰੀਆਂ ਸਿੱਖ ਸੰਗਤਾਂ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਪੂਰੇ ਪਰਿਵਾਰ ਸਮੇਤ ਇਸ ਮੇਲੇ ਦੇ ਵਿੱਚ ਆਉਣ ਦੀ ਨਿੱਘੀ ਬੇਨਤੀ ਵੀ ਕੀਤੀ। ਪੰਜਾਬੀ ਐਸੋਸੀਏਸ਼ਨ ਹਸਦਾ ਪੰਜਾਬ ਡੈਲਸ ਵੱਲੋਂ ਕੱਲ੍ਹ ਤਾਜ ਮਹਿਲ ਇੰਡੀਅਨ ਰੈਸਟੋਰੈਂਟ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਵਿਸਾਖੀ ਮੇਲਾ, ਜੋ ਕਿ ਅਪ੍ਰੈਲ 4 ਦਿਨ ਸ਼ਨਿਚਰਵਾਰ ਨੂੰ ਸ਼ਾਮੀ 3 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਪਲੈਨੋ ਸਿਵਿਕ ਸੈਂਟਰ ਡੈਲਸ ਵਿੱਚ ਹੋ ਰਿਹਾ ਹੈ, ਉਸ ਦੀਆਂ ਤਿਆਰੀਆਂ ਪੂਰਨ ਤੌਰ 'ਤੇ ਮੁਕੰਮਲ ਕਰ ਲਈਆਂ ਗਈਆਂ ਨੇ, ਜਿਸ ਵਿੱਚ ਉੱਚ ਕੋਟੀ ਦੇ ਕਲਾਕਾਰ, ਜਿਨ੍ਹਾਂ ਵਿੱਚ ਲਖਵਿੰਦਰ ਵਡਾਲੀ, ਰਣਜੀਤ ਬਾਵਾ, ਕੰਠ ਕਲੇਰ ਅਤੇ ਹੋਰ ਬਹੁਤ ਸਾਰੇ ਕਲਾਕਾਰ ਉਚੇਚੇ ਤੌਰ 'ਤੇ ਵਿਸਾਖੀ ਦੀਆਂ ਰੌਣਕਾਂ ਨੂੰ ਵਧਾਉਣ ਵਾਸਤੇ ਮਨੋਰੰਜਨ ਕਰਨ ਲਈ ਪਹੁੰਚ ਰਹੇ ਨੇ। ਸੋ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਪਰਿਵਾਰ ਅਤੇ ਦੋਸਤਾਂ ਸਮੇਤ ਪਹੁੰਚ ਕੇ ਇਸ ਵਿਸਾਖੀ ਮੇਲੇ ਦਾ ਆਨੰਦ ਮਾਣੋ ਅਤੇ ਇਸ ਮੇਲੇ ਦੀ ਰੌਣਕ ਨੂੰ ਵਧਾਓ। ਹਰਜੀਤ ਸਿੰਘ ਢੇਸੀ ਨੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਪੰਜਾਬੀ ਐਸੋਸੀਏਸ਼ਨ ਹਸਦਾ ਪੰਜਾਬ ਵੱਲੋਂ ਕਰਵਾਏ ਜਾ ਰਹੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਆਪ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਵਿੱਚ ਪਹੁੰਚ ਕੇ ਇਸ ਦੀਆਂ ਰੌਣਕਾਂ ਨੂੰ ਵਧਾਓ। ਇਹ ਮੇਲਾ 4 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ 4 ਤੋਂ ਮਿਡਨਾਈਟ ਤੱਕ ਹੋਵੇਗਾ। ਹੋਰ ਜਾਣਕਾਰੀ ਲਈ ਕਾਲ ਕਰੋ ਰਣਜੀਤ ਸਿੰਘ ਢੇਸੀ, ਮੋਬਾਈਲ ਨੰਬਰ 972-9848-80, ਸ਼ੇਰੇ ਪੰਜਾਬ ਸਿੰਘ ਰੰਧਾਵਾ, ਮੋਬਾਈਲ 214-755-2700। ਜਸਵੰਤ ਸਿੰਘ ਜੱਸੀ ਦੇ ਨਾਲ ਬਿੰਦਰਪਾਲ ਗਲੋਬਲ ਪੰਜਾਬ ਟੀਵੀ ਲਈ। ਇੰਡੋ ਅਮੈਰੀਕਨ ਹੈਰੀਟੇਜ ਫੋਰਮ ਦੇ ਵੱਲੋਂ ਗਦਰੀ ਬਾਬਿਆਂ ਨੂੰ ਸਮਰਪਿਤ 15ਵਾਂ ਮੇਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਮੇਵਾ ਸਿੰਘ ਲਪੋਕੇ ਅਤੇ ਉਹਨਾਂ ਦੇ ਸ਼ਹੀਦ ਸਾਥੀਆਂ ਨੂੰ ਯਾਦ ਕਰਦਿਆਂ ਰਿਜੈਂਸੀ ਹਾਲ ਕਲੋਵਸ ਵਿਖੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ।
ਇੰਡੋ ਅਮੈਰੀਕਨ ਹੈਰੀਟੇਜ ਫੋਰਮ ਫਰੇਜ਼ਨੋ ਵੱਲੋਂ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਕਰਵਾਇਆ 15ਵਾਂ ਮੇਲਾ ਯਾਦਗਾਰੀ ਹੋ ਨਿਬੜਿਆ। ਇਸ ਮੇਲੇ ਦੀ ਸ਼ੁਰੂਆਤ ਉੱਗੇ ਸ਼ਾਇਰ ਦਲਜੀਤ ਰਿਆੜ ਨੇ ਸਭਨਾਂ ਨੂੰ ਨਿੱਘੀ ਜੀਆਇਆਂ ਆ ਕੇ ਕੀਤੀ। ਇਸ ਪਿੱਛੋਂ ਨੌਜਵਾਨ ਬੱਚੇ ਬੱਚੀਆਂ ਨੇ ਗਿੱਧੇ ਤੇ ਭੰਗੜੇ ਦੇ ਜ਼ੋਹਰ ਵਿਖਾ ਕੇ ਦਰਸ਼ਕਾਂ ਨੂੰ ਕੀਲੀ ਰੱਖਿਆ, ਜਿਸ ਵਿੱਚ GHG ਡਾਂਸ ਅਤੇ ਸੰਗੀਤ ਅਕੈਡਮੀ ਦੇ ਬੱਚਿਆਂ ਨੇ ਅਤੇ ਰੂਹ ਪੰਜਾਬ ਦੇ ਰੇਡੀਓ ਵੱਲੋਂ ਤਿਆਰ ਕਰਵਾਇਆ ਬੱਚਿਆਂ ਦੀਆਂ ਗਿੱਧੇ ਤੇ ਭੰਗੜੇ ਦੀਆਂ ਟੀਮਾਂ ਨੇ ਖੂਬ ਰੰਗ ਬੰਨਿਆ। GHG ਦੇ ਬੱਚਿਆਂ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ ਪੇਸ਼ ਕੀਤੀ ਖੂਬਸੂਰਤ ਕੋਰੀਓਗ੍ਰਾਫੀ ਵੇਖਣ ਯੋਗ ਸੀ। ਇਸ ਦੌਰਾਨ ਪ੍ਰਬੰਧਕਾਂ ਅਤੇ ਦਰਸ਼ਕਾਂ ਵੱਲੋਂ 1915 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ 1 ਮਿੰਟ ਦਾ ਮੌਨ ਧਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਸੀਨੀਅਰ ਪੱਤਰਕਾਰ ਤੇ ਉੱਗੇ ਕਾਲਮ ਨਵੀਸ ਜਤਿੰਦਰ ਪੰਨੂ, ਜੋ ਪੰਜਾਬ ਤੋਂ ਮੁੱਖ ਬੁਲਾਰੇ ਵਜੋਂ ਪਹੁੰਚੇ ਹੋਏ ਸਨ, ਨੇ ਦਰਸ਼ਕਾਂ ਦੇ ਨਾਲ ਖਚਾਖਚ ਭਰੇ ਹਾਲ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੇ ਸਾਹ ਰੋਕ ਕੇ ਉਹਨਾਂ ਦੇ ਵਿਚਾਰ ਸੁਣੇ। ਉਹਨਾਂ ਪ੍ਰਵਾਸੀ ਭਾਰਤੀਆਂ ਨੂੰ ਆਪੋ ਆਪਣੇ ਪਿੰਡਾਂ ਨੂੰ ਅਡੋਪਟ ਕਰਕੇ ਉੱਥੋਂ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਉਹਨਾਂ ਪੰਜਾਬ ਦੇ ਗੰਧਲੇ ਹੋ ਚੁੱਕੇ ਪਾਣੀਆਂ ਅਤੇ ਉੱਥੇ ਵੱਧ ਰਹੀਆਂ ਲਾ ਇਲਾਜ ਬਿਮਾਰੀਆਂ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਕੈਲੀਫੋਰਨੀਆ ਸੰਗੀਤ ਗਰੁੱਪ ਦੇ ਕਲਾਕਾਰਾਂ ਤੋਂ ਇਲਾਵਾ ਗਾਇਕ ਧਰਮਵੀਰ ਥਾਂਦੀ, ਜੀਤਾ ਗਿੱਲ, ਰਾਜ ਬਰਾੜ, ਅਵਤਾਰ ਗਰੇਵਾਲ ਤੇ ਮਰਹੂਮ ਗਾਇਕ ਦਿਲਸ਼ਾਦ ਅਖਤਰ ਦੇ ਭਤੀਜੇ ਡਾਕਟਰ ਤਨਵੀਰ ਨੇ ਸ਼ਹੀਦਾਂ ਦੀਆਂ ਵਾਰਾਂ ਗਾ ਕੇ ਗਦਰੀ ਬਾਬਿਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸ਼ਹੀਦਾਂ ਦੀ ਪ੍ਰਦਰਸ਼ਨੀ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਂਦਰ ਬਣੀ ਰਹੀ। ਸਟੇਜ ਸਕੱਤਰ ਦੀ ਸੇਵਾ ਹਰਜਿੰਦਰ ਢੇਸੀ, ਸੁਰਿੰਦਰ ਮੰਡਾਲੀ, ਆਸ਼ਾ ਸ਼ਰਮਾ ਤੇ ਦਲਜੀਤ ਰਿਆੜ ਨੇ ਬਾਖੂਬੀ ਨਿਭਾਈ। ਅੰਤ ਨੂੰ ਅਮਿੰਟ ਪੈੜਾ ਛੱਡਦਾ ਇਹ ਮੇਲਾ ਯਾਦਗਾਰੀ ਹੋ ਨਿਬੜਿਆ। ਫਰੇਜ਼ਨੋ ਤੋਂ ਨੀਟਾ ਮਾਚੀਕੇ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ ਲਈ। ਤੁਹਾਡੀ ਮੇਰੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਪਰ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਬ੍ਰੇਕ ਤੋਂ ਬਾਅਦ ਅਸੀਂ ਜਲਦ ਹਾਜ਼ਰ ਹੁੰਦੇ ਹਾਂ। ਸਵਾਗਤ ਹੈ ਮੁੜ ਤੋਂ ਸਾਰੇ ਦਰਸ਼ਕਾਂ ਦਾ। DC ਏਰੀਏ ਦਾ ਵਿਸਾਖੀ ਮੇਲਾ 26 ਅਪ੍ਰੈਲ ਨੂੰ ਪਤਵੰਤਿਆਂ ਨੇ ਸੁਚੱਜੇ ਪ੍ਰਬੰਧਾਂ ਦੇ ਲਈ ਇੱਕ ਮੀਟਿੰਗ ਸਿਲਕ ਬੈਂਕ ਅਟੋਲ ਦੇ ਵਿੱਚ ਰੱਖੀ ਹੈ। ਇਸ ਮੇਲੇ ਦੇ ਵਿੱਚ ਇਸ ਸਾਲ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਬਾਬਤ ਵਿਚਾਰਾਂ ਕੀਤੀਆਂ ਗਈਆਂ। DC ਮੈਟਰੋ ਏਰੀਏ ਵਿੱਚ ਇਸ ਸਾਲ ਦਾ ਵਿਸਾਖੀ ਮੇਲਾ 26 ਅਪ੍ਰੈਲ ਨੂੰ ਬੁਲ ਰਨ ਪਾਰਕ ਮੋਨਾਸਿਸ ਵਰਜੀਨੀਆ ਵਿੱਚ ਵੱਡੇ ਪੱਧਰ ਤੇ ਮਨਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਇਸ ਮੇਲੇ ਲਈ ਕੋਈ ਟਿਕਟ ਨਹੀਂ ਹੋਵੇਗੀ ਤੇ ਇਹ ਹਰੇਕ ਲਈ ਫ੍ਰੀ ਹੋਵੇਗਾ। ਇਸ ਮੇਲੇ ਦੀ ਖਾਸ ਖਿੱਚ ਪੰਜਾਬੀ ਗਾਇਕੀ ਦੇ ਪ੍ਰਸਿੱਧ ਕਲਾਕਾਰਾਂ ਰਣਜੀਤ ਬਾਵਾ, ਲਖਵਿੰਦਰ ਬਡਾਲੀ, ਕਿਰਨਦੀਪ ਭੁੱਲਰ ਤੇ ਗੁਰਵਿੰਦਰ ਬਰਾੜ ਹੋਣਗੇ ਤੇ ਨਾਲ ਹੀ ਪੰਜਾਬੀ ਖੇਡਾਂ, ਵੱਖੋ ਵੱਖ ਤਰ੍ਹਾਂ ਦੀਆਂ ਵਸਤੂਆਂ ਤੇ ਖਾਣ ਪੀਣ ਦੀਆਂ ਸਟਾਲਸ ਵੀ ਹੋਣਗੀਆਂ। DC ਮੈਟਰੋ ਏਰੀਏ ਦੇ ਪਤਵੰਤਿਆਂ, ਵੱਖੋ ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਸੰਸਥਾਵਾਂ, ਲਾਇਬ੍ਰੇਰੀਆਂ, ਜਥੇਬੰਦੀਆਂ ਅਤੇ ਪੰਜਾਬੀ ਮੀਡੀਆ ਦੇ ਪ੍ਰਤੀਨਿਧਾਂ ਦੀ ਹੋਈ ਇਸ ਮੀਟਿੰਗ ਵਿੱਚ ਇਸ ਮੇਲੇ ਨੂੰ ਹਰ ਪੱਖੋਂ ਸਫਲ ਬਣਾਉਣ ਲਈ ਹਰੇਕ ਨੇ ਆਪਣਾ ਯੋਗਦਾਨ ਪਾਉਣ ਦੀ ਵਚਨਬੱਧਤਾ ਦੁਹਰਾਈ ਤੇ ਮੇਲੇ ਲਈ ਹੋਣ ਵਾਲੇ ਖਰਚਿਆਂ ਬਾਬਤ ਫੰਡ ਰੇਜ਼ ਵੀ ਕੀਤਾ ਗਿਆ। ਉੱਗੇ ਸਿੱਖ ਲੀਡਰ ਜਸਦੀਪ ਸਿੰਘ ਜੱਸੀ, ਸੁਖੀ ਪੰਨੂ, ਕਮਲ ਬਾਜਵਾ, ਹਰਭਜਨ ਸਿੰਘ ਚਮਲ, ODI ਪਰਿਥਰ, ਉੱਗੇ ਕਾਂਗਰਸੀ ਲੀਡਰ ਕਿਰਨਵੀਰ ਸਿੰਘ ਭੋਲਾ, ਸੀਨੀਅਰ ਅਕਾਲੀ ਲੀਡਰ ਹਰਜੀਤ ਸਿੰਘ ਹੁੰਦਲ, ਰਾਜੂ ਕੈਰੋਂ, ਸੁਰਿੰਦਰ ਸਿੰਘ ਰਹੇਜਾ, ਸਾਜਿਦ ਤਾਰਣ, ਗੁਰਵਿੰਦਰ ਬੱਲ ਤੇ ਹੋਰ ਪਤਵੰਤੇ ਖਾਸ ਤੌਰ ਤੇ ਪਹੁੰਚੇ। ਇਹ ਮੇਲਾ ਪਰਿਵਾਰਕ ਹੋਣ ਦੇ ਕਾਰਨ ਇਸ ਵਾਰ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾਣਗੇ। ਪ੍ਰਬੰਧਕਾਂ ਵੱਲੋਂ ਸਭਨਾਂ ਨੂੰ ਹੁੰਮ ਹੁਮਾ ਕੇ 26 ਅਪ੍ਰੈਲ ਨੂੰ ਪਹੁੰਚਣ ਲਈ ਬੇਨਤੀ ਵੀ ਕੀਤੀ ਗਈ। ਤੇ ਸਾਨੂੰ ਵੀ ਹੋਪ ਹੈ ਤੁਸੀਂ ਜੋ ਸਾਡਾ ਮਕਸਦ ਆ ਉਹ ਪੂਰਾ ਕਰੋਗੇ, ਆਲਮੋਸਟ ਕਰ ਹੀ ਦਿੱਤਾ ਹੈ ਤੇ ਬਾਕੀ ਮੈਨੂੰ ਲੋੜ ਹੀ ਨਹੀਂ, ਬਲੈਂਕ ਚੈੱਕ ਮੇਰੇ ਕੋਲ ਪਿਆ ਤੇ ਸਪੈਸ਼ਲ ਧੰਨਵਾਦ ਮੈਂ ਕਰਦਾ ਤੁਹਾਡਾ ਆਪਣਾ ਹੋਠੀ ਪਿੰਡ ਦਾ ਤੇ ਜਿਹੜੇ ਬਹੁਤ ਵੱਡਾ ਯੋਗਦਾਨ ਹਰ ਸਾਲ ਪਾਉਂਦੇ ਨੇ। ਇੰਨੇ ਵੱਡੇ ਪੱਧਰ ਤੇ ਮੇਲਾ ਹੋ ਰਿਹਾ ਤੇ ਅੱਜ ਪੰਨੂ ਸਾਹਿਬ ਦੇ ਰਾਹੀਂ ਸਾਨੂੰ ਵੀ ਮੌਕਾ ਮਿਲ ਰਿਹਾ ਕਿ ਅਸੀਂ ਤੁਹਾਡੇ ਨਾਲ ਜੁੜ ਰਹੇ ਹਾਂ, ਇਸ ਸਾਲ ਹਿੱਸਾ ਪਾਵਾਂਗੇ, ਵੱਧ ਚੜ੍ਹ ਕੇ ਤੁਹਾਨੂੰ ਜਿੰਨੀ ਸਾਡੀ ਹੈਲਪ ਦੀ ਲੋੜ ਹੈ ਅਸੀਂ ਬਾਲਟੀਮੋਰ ਤੋਂ, ਮੈਰੀਲੈਂਡ ਤੋਂ ਸਾਰੇ ਤੁਹਾਨੂੰ ਪੂਰੀ ਸਪੋਰਟ ਦਿਆਂਗੇ। ਆਪਣਾ ਸਮਝ ਕੇ ਸਾਰੇ ਆਉਂਦੇ ਨੇ, ਉਹ ਮੇਲਾ, ਬਾਕੀ ਕੌਨਸਰਟ ਨੇ, ਇਵੈਂਟਸ ਨੇ, ਕੋਈ ਕਰਾਉਂਦਾ ਆ, ਉਹਨੂੰ ਤੁਸੀਂ ਮੇਲਾ ਨਹੀਂ ਕਹਿ ਸਕਦੇ। ਵਰਜੀਨੀਆ ਤੋਂ ਸੁਖਪਾਲ ਸਿੰਘ ਧਨੋਆ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ ਲਈ।
29 ਮਾਰਚ 2015 ਨੂੰ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਟ੍ਰਾਈ ਸਟੇਟ ਦੇ ਸਮੂਹ ਗੁਰਦੁਆਰਾ ਸਾਹਿਬਾਨਾ ਅਤੇ ਪੰਥਕ ਜਥੇਬੰਦੀਆਂ ਦੇ ਵੱਲੋਂ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਆਉਣ ਵਾਲੀ ਸਿੱਖ ਡੇ ਪਰੇਡ ਬਾਬਤ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਸਿੱਖ ਡੇ ਪਰੇਡ ਸੰਬੰਧੀ ਤਿਆਰੀਆਂ ਨੂੰ ਅੰਤਮ ਛੋਹ ਦਿੱਤੀ ਗਈ। ਇਹ ਸਿੱਖ ਡੇ ਪਰੇਡ ਆਉਣ ਵਾਲੀ 25 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਿੱਖ ਡੇ ਪਰੇਡ ਮੰਥਨ ਦੇ ਮੈਡੀਸਨ ਐਵੇਨਿਊ ਤੇ ਕੱਢੀ ਜਾਏਗੀ। ਇਸ ਪਰੇਡ ਦੇ ਵਿੱਚ ਸਿੱਖ ਕਲਚਰਲ ਸੋਸਾਇਟੀ ਦੇ ਵੱਲੋਂ ਸੰਗਤ ਨੂੰ ਵੱਧ ਚੜ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ ਅਤੇ ਵੀਰਾਂ ਨੂੰ ਕੇਸਰੀ ਪੱਗਾਂ ਤੇ ਭੈਣਾਂ ਨੂੰ ਕੇਸਰੀ ਚੁੰਨੀਆਂ ਲੈ ਕੇ ਆਉਣ ਦੇ ਲਈ ਵੀ ਕਿਹਾ ਗਿਆ ਹੈ। ਇਸ ਪਰੇਡ ਦੇ ਵਿੱਚ ਕਿ ਵੱਖਰਾ ਨਜ਼ਾਰਾ ਇਹ ਹੋਏਗਾ ਕਿ ਜਿਹੜੇ ਸਾਡੇ ਨੌਜਵਾਨ ਬੱਚੇ US ਆਰਮੀ ਦੇ ਵਿੱਚ ਨੇ ਉਹ ਯੂਨੀਫਾਰਮ ਦੇ ਵਿੱਚ ਹੋ ਕੇ ਪਰੇਡ ਦੇ ਵਿੱਚ ਮਾਰਚ ਕਰਨਗੇ ਤਾਂ ਕਿ ਅਸੀਂ ਦੂਜੇ ਧਰਮਾਂ ਨੂੰ ਇਹ ਦੱਸ ਸਕੀਏ ਕਿ ਇਹ ਜਿਹੜਾ ਸਿੱਖ ਧਰਮ ਹੈ ਦੂਜੇ ਧਰਮਾਂ ਲਈ ਵੀ ਜਿੱਥੇ ਉਹਦੀ ਪ੍ਰੋਟੈਕਸ਼ਨ ਵਾਸਤੇ ਵੀ ਆਪਣੀ ਸੈਕਰੀਫਾਈਸ ਕਰਦਾ। ਖਾਲਸੇ ਦੇ 315ਵੇਂ ਸਾਜਨਾ ਦਿਵਸ ਦੇ ਸੰਬੰਧ ਵਿੱਚ ਇਹ 28ਵੀਂ ਪਰੇਡ ਸਿੱਖ ਕਲਚਰ ਸੋਸਾਇਟੀ ਦੀ ਰਹਿਨੁਮਾਈ ਹੇਠ ਕੱਢੀ ਜਾਏਗੀ। ਇਸ ਪਰੇਡ ਦੇ ਸੰਬੰਧੀ ਮੁੱਢਲੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਅਮਰੀਕਾ ਵਿੱਚ ਸਿੱਖਾਂ ਦੀ ਹੋਂਦ ਨੂੰ ਦਰਸਾਉਂਦੀ ਇਹ ਸਿੱਖ ਡੇ ਪਰੇਡ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕੀ ਹੈ। 1988 ਵਿੱਚ ਪਹਿਲੀ ਵਾਰ ਸਿੱਖ ਡੇ ਪਰੇਡ ਨਿਊਯਾਰਕ ਵਿੱਚ ਕੱਢੀ ਗਈ ਸੀ ਜੋ ਕਿ ਹੁਣ ਤੱਕ ਨਿਰੰਤਰ ਜਾਰੀ ਹੈ। ਸਾਲ ਦਰ ਸਾਲ ਯੋਗ ਸੁਝਾਵਾਂ ਸਦਕਾ ਇਸ ਦੀ ਸ਼ਾਨੋ ਸ਼ੌਕਤ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ। ਗਲੋਬਲ ਪੰਜਾਬ ਟੀਵੀ ਦੇ ਦੁਆਰਾ ਇਹ ਪਰੇਡ ਅਮਰੀਕਾ ਕੈਨੇਡਾ ਦੇ ਨਾਲ ਨਾਲ ਇੰਡੀਆ ਦੇ ਵਿੱਚ ਵੀ ਲਾਈਵ ਦਿਖਾਈ ਜਾਏਗੀ। ਇਸ ਲਾਈਵ ਟੈਲੀਕਾਸਟ ਸੰਬੰਧੀ ਹੋਰ ਜਾਣਕਾਰੀ ਲਈ ਜਾਂ ਸਪੋਂਸਰਸ਼ਿਪ ਦੇ ਲਈ ਗਲੋਬਲ ਪੰਜਾਬ ਟੀਵੀ ਦੇ ਨਿਊਯਾਰਕ ਤੇ ਨਿਊ ਜਰਸੀ ਦੇ ਬਿਊਰੋ ਇੰਚਾਰਜ ਗਿਲ ਪ੍ਰਦੀਪ ਦੇ ਨਾਲ 6465206706 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੋਰ ਵੀ ਕਈ ਅਹੁਦੇਦਾਰਾਂ ਤੇ ਮੈਂਬਰਸ ਨੇ ਗਲੋਬਲ ਪੰਜਾਬ ਟੀਵੀ ਰਾਹੀਂ ਸੰਗਤ ਨੂੰ ਹੁੰਮਾ ਕੇ 25 ਅਪ੍ਰੈਲ ਨੂੰ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਿਹਾ ਹੈ। ਸਿੱਖ ਡੇ ਪਰੇਡ ਜੋ ਕਿ 25 ਅਪ੍ਰੈਲ ਨੂੰ ਦਿਨ ਸਨਿਚਰਵਾਰ ਨੂੰ ਕੱਢੀ ਜਾ ਰਹੀ ਹੈ, ਅੱਜ ਉਸਦੀ ਮੀਟਿੰਗ ਸੀਗੀ, ਸਾਰੀਆਂ ਮੁਕੰਮਲ ਤਿਆਰੀਆਂ ਹੋ ਗਈਆਂ ਨੇ ਅਤੇ ਦਾਸ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਸ ਦਿਨ ਹੁੰਮ ਹਮਾ ਕੇ ਆਪਣੇ ਪਰਿਵਾਰਾਂ ਸਹਿਤ ਕੇਸਰੀ ਦੁਪੱਟੇ ਅਤੇ ਕੇਸਰੀ ਪੱਗਾਂ ਦੇ ਨਾਲ ਪਰੇਡ 'ਚ ਸ਼ਮੂਲੀਅਤ ਕਰੋ ਜੀ। ਜਿਹੜੀਆਂ ਪ੍ਰੋਬਲਮਾਂ ਪਿਛਲੀ ਵਾਰੀ ਆਉਂਦੀਆਂ ਰਹੀਆਂ ਉਹਨਾਂ ਨੂੰ ਸੋਲਵ ਕਰਨ ਦੇ ਲਈ ਪੂਰੀ ਕੋਸ਼ਿਸ਼ ਕੀਤੀ ਗਈ ਆ, ਲੋਕਾਂ ਦੇ ਸੁਝਾਅ ਲਏ ਗਏ ਆ, ਜਿਹੜੇ ਵਧੀਆ ਸੁਝਾਅ ਆਏ ਆ ਉਹਨਾਂ 'ਤੇ ਵੀ ਪੂਰਾ ਵਿਚਾਰ ਕੀਤਾ ਗਿਆ। ਅੱਜ ਜਿਹੜੀ ਪਰੇਡ ਦੇ ਬਾਰੇ ਮੀਟਿੰਗ ਸੱਦੀ ਗਈ ਉਸ ਵਿੱਚ ਤਕਰੀਬਨ ਕੋਈ 30-35 ਗੁਰਦੁਆਰੇ ਇਨਵੋਲਵ ਹੋਏ, ਸਾਰੇ ਗੁਰਦੁਆਰਿਆਂ ਨੇ ਮਿਲ ਕੇ ਆਪੋ ਆਪਣੇ ਸੁਝਾਅ ਦਿੱਤੇ ਗਏ, ਜਿਸ ਤਰ੍ਹਾਂ ਕਿ ਲੰਗਰ ਬਾਰੇ ਦੱਸਿਆ ਗਿਆ ਵੀ ਇਸ ਵੇਲੇ ਜ਼ਿਆਦਾ ਸੁੱਕਾ ਲੰਗਰ ਲਿਆਓ ਤਾਂ ਕਿ ਕਿਸੇ ਕਿਸਮ ਦੀ ਜਿਹੜੀ ਪਿਛਲੀ ਵਾਰੀ ਵਾਇਲੇਸ਼ਨ ਮਿਲੀ ਉਹ ਨਾ ਮਿਲੇ। ਨਿਊਯਾਰਕ ਤੋਂ ਗਿਲ ਪ੍ਰਦੀਪ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ। ਅਮੈਰੀਕਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਅਨ ਓਰੀਜਨ ਵੱਲੋਂ ਕੈਪੀਟਲ ਹਿੱਲ ਤੇ ਲੈਜਿਸਲੇਟਿਵ ਡਿਨਰ ਦਾ ਪ੍ਰਬੰਧ ਕੀਤਾ ਗਿਆ। ਇਸ ਡਿਨਰ ਦੇ ਵਿੱਚ ਡਾਕਟਰਾਂ ਦੇ ਵੱਲੋਂ ਆਪਣੀਆਂ ਸਮੱਸਿਆਵਾਂ ਨੂੰ ਅਮੈਰੀਕਨ ਸੈਨੇਟਰਸ ਅਤੇ ਕਾਂਗਰਸਮੈਨਾਂ ਦੇ ਨਾਲ ਸਾਂਝਾ ਕੀਤਾ ਗਿਆ। ਭਾਰਤੀ ਮੂਲ ਦੇ ਡਾਕਟਰਾਂ ਦੀ ਅਮੈਰੀਕਾ ਵਿਚਲੀ ਸੰਸਥਾ ਆਪੀ ਵੱਲੋਂ ਡਾਕਟਰੀ ਪੇਸ਼ੇ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਹੱਲ ਕੱਢਣ ਲਈ ਵਾਸ਼ਿੰਗਟਨ DC ਵਿਖੇ ਕੈਪੀਟਲ ਹਿੱਲ ਵਿੱਚ ਇੱਕ ਲੈਜਿਸਲੇਟਿਵ ਡਿਨਰ ਅਤੇ ਗਵਰਨਿੰਗ ਬਾਡੀ ਦੀ ਮੀਟਿੰਗ ਕਰਵਾਈ ਗਈ। ਕੋਈ 30 ਦੇ ਕਰੀਬ ਕਾਂਗਰਸਮੈਨਸ ਅਤੇ ਸੈਨੇਟਰਸ ਨੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰਸ ਦੇ ਇਸ਼ੂਜ਼ ਅਤੇ ਸਮੱਸਿਆਵਾਂ ਦੀ ਜਾਣਕਾਰੀ ਲਈ ਤੇ ਹੱਲ ਲਈ ਭਰੋਸੇ ਦੀ ਵਚਨਬੱਧਤਾ ਦੁਹਰਾਈ। ਇੱਥੇ ਦੱਸਣਯੋਗ ਹੈ ਕਿ ਅਮਰੀਕਾ ਵਿੱਚ ਡਾਕਟਰੀ ਪੇਸ਼ੇ 'ਚ ਭਾਰਤੀ ਡਾਕਟਰਾਂ ਦੀ ਝੰਡੀ ਹੈ ਅਤੇ ਭਾਰਤੀ ਡਾਕਟਰਾਂ ਦੀ ਸੰਸਥਾ ਦੇ ਕੋਈ 1 ਲੱਖ ਤੋਂ ਵੱਧ ਡਾਕਟਰ ਕੋਈ 40 ਮਿਲੀਅਨ ਲੋਕਾਂ ਦੀ ਤਾਮੀਰਦਾਰੀ ਕਰਦੇ ਨੇ। ਅਮਰੀਕਾ ਦੇ 7 ਡਾਕਟਰਾਂ ਪਿੱਛੇ 1 ਡਾਕਟਰ ਭਾਰਤੀ ਹੈ ਜੋ ਕਿ ਇਸ ਸਤਿਕਾਰਤ ਕਿੱਤੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਹੈ। ਆਪਣੇ ਦਰਸ਼ਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਹਿੱਤ ਇਹ ਵੀ ਦੱਸ ਦਈਏ ਕਿ ਓਬਾਮਾ ਪ੍ਰਸ਼ਾਸਨ ਵੱਲੋਂ ਹੈਲਥ ਕੇਅਰ ਵਿੱਚ ਲਿਆਂਦੀਆਂ ਗਈਆਂ ਵੱਡੀਆਂ ਤਬਦੀਲੀਆਂ ਸਦਕਾ ਅਫੋਰਡੇਬਲ ਕੇਅਰ ਅਤੇ ਹੈਲਥ ਇੰਸ਼ੋਰੈਂਸ ਕੰਪਨੀਆਂ ਦਾ ਰਵੱਈਆ ਇਹੋ ਜਿਹੇ ਮਸਲੇ ਨੇ ਜਿਨ੍ਹਾਂ ਨੇ ਡਾਕਟਰੀ ਪੇਸ਼ੇ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਡਾਕਟਰੀ ਪੇਸ਼ੇ ਅਤੇ ਇਹਨਾਂ ਨਵੀਆਂ ਤਬਦੀਲੀਆਂ ਤੋਂ ਨਿਕਲਣ ਵਾਲੀ ਸਿੱਟਿਆਂ ਤੋਂ ਡਾਕਟਰ ਸੁਧੀਰ ਸ਼ਖਸ਼ੇਰੀਆ, ਡਾਕਟਰ ਰਾਜੀਵ ਖੰਨਾ, ਡਾਕਟਰ ਰਵਨੀਤ ਗਰੇਵਾਲ, ਡਾਕਟਰ ਕਰਨੈਲ ਸਿੰਘ, ਡਾਕਟਰ ਮਨਦੀਪ ਕੌਰ ਸੰਧੂ, ਡਾਕਟਰ ਮਨਪ੍ਰੀਤ ਕੌਰ ਅਤੇ ਡਾਕਟਰ ਹਰਭਜਨ ਸਿੰਘ ਅਜਰਾਵਤ ਨੇ ਅਮੈਰੀਕਨ ਲੀਡਰਸ਼ਿਪ ਨੂੰ ਜਾਣੂ ਕਰਵਾਇਆ। ਇਸ ਮੌਕੇ ਇਹਨਾਂ ਗਲੋਬਲ ਪੰਜਾਬ ਟੀਵੀ ਦੇ ਨਾਲ ਖਾਸ ਗੱਲਬਾਤ ਵੀ ਕੀਤੀ ਅਤੇ ਕਮਿਊਨਿਟੀ ਪ੍ਰਤੀ ਆਪਣੇ ਸਰੋਕਾਰਾਂ ਨੂੰ ਬਿਆਨ ਕੀਤਾ। ਇੰਡੀਅਨ ਕਮਿਊਨਿਟੀ ਦੇ ਪਤਵੰਤੇ ਵੀ ਇਸ ਮੌਕੇ ਹਾਜ਼ਰ ਹੋਏ ਅਤੇ ਗਲੋਬਲ ਪੰਜਾਬ ਟੀਵੀ ਚੈਨਲ ਦੀ ਸਮੁੱਚੀ ਟੀਮ ਵੀ ਆਪੀ ਦੇ ਖਾਸ ਸੱਦੇ ਉੱਤੇ ਸ਼ਾਮਲ ਹੋਈ। We have met several of the congressmen and senators and we have stressed the importance of SGR
And to my surprise, the House has already passed that bill where they are going to fix the SGR, which is the reimbursement to the physician by Medicare. Itthe mainu practice karde hain is community ch, but 11 saal ho gaye Northern Virginia, DC, Maryland, the Association of Indian Physicians, the merger hune ise hafte announce hoya hai. It's now called Greater Washington API. ਕਾਂਗਰਸ ਤੇ ਸੈਨੇਟਰਸ ਜਿਹੜੇ ਇਸ ਕੰਟਰੀ ਨੂੰ ਚਲਾਉਂਦੇ ਨੇ ਸਾਰੇ ਕਾਂਗਰਸਮੈਨ ਤੇ ਸੈਨੇਟਰਸ ਜਿਹੜੇ 20 ਤੋਂ 25 ਇੱਥੇ ਸਾਡੇ ਇਵੈਂਟ 'ਚ ਆਏ ਸੀ ਉਹਨਾਂ ਨੂੰ ਅਸੀਂ ਦੱਸਦੇ ਹਾਂ ਕਿ ਕਿਹੜੀ ਚੀਜ਼ਾਂ ਸਾਡੇ ਲਈ ਜ਼ਰੂਰੀ ਹੈ ਜਿਹਦੇ ਨਾਲ ਅਸੀਂ ਆਪਣੇ ਜਿਹੜੇ ਮਰੀਜ਼ ਨੇ ਉਹਨਾਂ ਦੀ ਜ਼ਿਆਦਾ ਸੇਵਾ ਕਰ ਸਕੀਏ ਇਹ ਇਕੱਠ ਅਤੇ ਇਹ ਯੂਨਿਟੀ ਅਤੇ ਸੇਵਾ ਭਾਵਨਾ ਬਹੁਤ ਜ਼ਰੂਰੀ ਆ ਔਰ ਸਾਨੂੰ ਲੱਗਦਾ ਕਿ ਇਹਦੇ ਵਿੱਚੋਂ ਹੀ ਸਾਡੀ ਆਪਣੀ ਕਮਿਊਨਿਟੀ ਦੀ ਸੇਵਾ ਲਈ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਮੈਂ ਡਾਕਟਰ ਸੁਖਪਾਲ ਸਿੰਘ ਧਨੋਆ ਵਾਸ਼ਿੰਗਟਨ DC ਤੋਂ ਗਲੋਬਲ ਪੰਜਾਬ TV ਲਈ ਪੰਜਾਬੀ ਗਾਇਕੀ ਦੇ ਨਾਲ ਪੰਜਾਬੀਆਂ ਦਾ ਇੱਕ ਅਟੁੱਟ ਹੀ ਰਿਸ਼ਤਾ ਹੈ ਪੰਜਾਬੀ ਜਿੱਥੇ ਵੀ ਹੋਣ ਆਪਣੇ ਮਨੋਰੰਜਨ ਦੇ ਲਈ ਪੰਜਾਬੀ ਗਾਇਕੀ ਸੁਣਨ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ ਬਾਹਰ ਵਸਦੇ ਪੰਜਾਬੀਆਂ ਦੀ ਇਸੇ ਖੁਰਾਕ ਨੂੰ ਪੂਰਾ ਕਰਨ ਦੇ ਲਈ ਹੀ ਰਾਜਵੀਰ ਐਂਟਰਟੇਨਮੈਂਟ ਅਤੇ ਪਵਾਰ ਬ੍ਰਦਰਸ ਦੇ ਵੱਲੋਂ ਵਿਸਾਖੀ ਮੇਲੇ ਤੇ ਕਈ ਪੰਜਾਬੀ ਗਾਇਕਾਂ ਨੂੰ ਸੱਦਾ ਦਿੱਤਾ ਗਿਆ ਹੈ ਪੰਜਾਬ ਦੀ ਗਾਇਕੀ ਨੂੰ ਬਾਹਰਲੇ ਮੁਲਕਾਂ ਵਿੱਚ ਜਿਉਂਦਾ ਰੱਖਣ ਲਈ ਵੱਖ ਵੱਖ ਪ੍ਰਮੋਟਰਾਂ ਵੱਲੋਂ ਪੰਜਾਬ ਤੋਂ ਸੁਰੀਲੇ ਕਲਾਕਾਰਾਂ ਨੂੰ ਸੱਦ ਕੇ ਉਹਨਾਂ ਦੇ ਸ਼ੋਅ ਕਰਵਾਏ ਜਾਂਦੇ ਨੇ ਇਸੇ ਲੜੀ ਤਹਿਤ ਰਾਜਵੀਰ ਐਂਟਰਟੇਨਮੈਂਟ ਤੇ ਪਾਵਰ ਬ੍ਰਦਰਸ ਵੱਲੋਂ ਪੂਰੇ USA ਵਿੱਚ ਆਉਣ ਵਾਲੇ ਦਿਨਾਂ 'ਚ ਵਿਸਾਖੀ ਦੇ ਸੰਬੰਧ ਵਿੱਚ ਸ਼ੋਅ ਕਰਵਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਪੰਜਾਬ ਤੋਂ ਕਈ ਨਾਮੀ ਕਲਾਕਾਰ ਹਿੱਸਾ ਲੈ ਰਹੇ ਨੇ ਜਿਨ੍ਹਾਂ ਵਿੱਚ ਲਖਵਿੰਦਰ ਵਡਾਲੀ ਰਣਜੀਤ ਬਾਵਾ ਕਲੇਰ ਕੰਠ ਗੁਰਵਿੰਦਰ ਬਰਾੜ ਦਾ ਨਾਂ ਜ਼ਿਕਰਯੋਗ ਹੈ ਇਹਨਾਂ ਸ਼ੋਆਂ ਸੰਬੰਧੀ ਲਖਵੀਰ ਜੌਹਲ ਤੇ ਹੈਰੀ ਪਵਾਰ ਨੇ ਗਲੋਬਲ ਪੰਜਾਬ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ 4 April ਤੋਂ ਸ਼ੋਅ ਸ਼ੁਰੂ ਹੋ ਰਿਹਾ ਜਿਹੜਾ ਕਿ ਪਲੈਨਟ ਟੈਕਸਿਸ ਦੇ ਵਿੱਚ ਪਹਿਲਾ ਸ਼ੋਅ ਆ ਅਸੀਂ ਸਾਡੀ ਸਾਰੀ ਟੀਮ ਦੇ ਵੀਜ਼ੇ ਵਗੈਰਾ ਕਲੀਅਰ ਹੋ ਚੁੱਕੇ ਨੇ ਅਸੀਂ ਪਹੁੰਚ ਰਹੇ ਹਾਂ ਅਤੇ ਫਿਰ ਕੰਟੀਨਿਊ ਸਾਡੇ ਆਲਮੋਸਟ 14-15 ਸ਼ੋਅ ਆ ਔਰ ਸਾਡੇ ਘਰ ਦਾ ਸ਼ੋਅ ਜਿਹੜਾ ਆਪਣਾ ਘਰ ਦਾ ਸ਼ੋਅ ਆ ਤੁਸੀਂ ਵੀ ਇੱਥੇ ਹੋ 25 April ਨੂੰ ਰਾਜਵੀਰ ਐਂਟਰਟੇਨਮੈਂਟ ਐਂਡ ਹੈਰੀ ਪਵਾਰ ਬ੍ਰਦਰਸ ਵੱਲੋਂ ਪ੍ਰਜੈਂਟ ਕੀਤਾ ਜਾ ਰਿਹਾ ਅਤੇ ਦਿਨੇ ਪਰੇਡ ਇਟਸ ਔਨ ਦਾ 25th of April ਸਿੱਖ ਡੇ ਪਰੇਡ ਇਨ ਦਾ ਡੇ ਟਾਈਮ ਇਨ ਦੀ ਈਵਨਿੰਗ 7 PM ਐਟ ਗੋਲਡਨ ਸੈਂਟਰ ਫਲਸ਼ਿੰਗ ਨਿਊਯਾਰਕ ਅਤੇ ਬਾਕੀ ਪੰਜਾਬੀਆਂ ਦਾ ਸ਼ੋਅ ਹੈ ਪੰਜਾਬੀਆਂ ਨੇ ਹੰਗਾਰਾ ਭਰਨਾ ਹੈ ਅਤੇ ਪੰਜਾਬੀਆਂ ਨੂੰ ਮੌਕਾ ਮਿਲਣਾ ਹੈ ਕਿਉਂਕਿ ਪੰਜਾਬ ਤੋਂ ਜਿਹੜੇ ਚੁਣੇ ਹੋਏ ਕਲਾਕਾਰ ਆ ਜਿਹੜੇ ਬਾਈ ਲਖਵੀਰ ਹੁਣੀ ਲੈ ਕੇ ਆ ਰਹੇ ਨੇ ਉਹਨਾਂ ਨੂੰ ਵੇਖਣ ਦਾ ਮੌਕਾ 25 April ਨੂੰ ਨਿਊਯਾਰਕ ਦੇ ਵਿੱਚ ਗੋਲਡਨ ਸੈਂਟਰ ਦੇ ਵਿੱਚ ਉਮੀਦ ਹੈ ਹੁਮ ਹਮਾ ਕੇ ਦਰਸ਼ਨ ਪਹੁੰਚਣਗੇ ਅਤੇ ਭੀੜ ਨੂੰ ਵਧਾਉਣਗੇ ਨਿਊਯਾਰਕ ਤੋਂ ਕੈਮਰਾਮੈਨ ਹਮਾਦ ਦੇ ਨਾਲ ਗਿੱਲ ਪ੍ਰਦੀਪ ਗਲੋਬਲ ਪੰਜਾਬ TV ਲਈ 30 Minutes ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਦੇ ਲਈ ਬਸ ਇੰਨਾ ਹੀ ਪਰ ਅਗਲੇ ਹਫਤੇ ਅਸੀਂ ਫਿਰ ਤੋਂ ਇਹ 30 Minutes ਬੁਲੇਟਿਨ ਦੇ ਵਿੱਚ ਨਵੀਆਂ ਪੇਸ਼ਕਾਰੀਆਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ